बीती रात थाना सुल्तानपुर लोधी अधीन पेंडे फरीद सराय विखे पिंड दे वारोवार एक डेरे नू चार हथियारबंद नकाबपोश लुटेरियां ने निशाना बनाउंदे हुए वड्डी लुट दी वारदात नू अंजाम दिता है। लुटेरे पिस्तौल अते हथियारां दे दम ते परिवारक मैंबरां नाल कुटमार करके डराउंदे धमकाउंदे हुए घर विच 6 लाख रुपए का सोना अते 4 लाख रुपए की नकदी लुट के फरार हो गए ने। राती 11:30 का टाइम सीगा जो 4 जने आए आ ਤੇ ਆ ਕੇ ਉਹਨਾਂ ਨੇ ਪਹਿਲਾਂ ਮੇਰੇ ਵੀਰੇ ਨੂੰ ਦੱਬਿਆ ਕਮਰੇ ਦੇ ਵਿੱਚ ਉਹ ਇਹਦੇ ਰੋਣ ਦੀ ਆਵਾਜ਼ ਸੁਣ ਕੇ ਤੇ ਮੈਂ ਤੇ ਮੇਰੀ ਮੰਮੀ ਉੱਠੀਆਂ ਵਾਂ ਵੀ ਪਤਾ ਨਹੀਂ ਕਾਹਤੋਂ ਆਵਾਜ਼ ਆਉਂਦੀ ਪਈ ਆ ਤੇ ਜਦੋਂ ਦੇਖਿਆ ਤਾਂ ਉਹਨਾਂ ਨੇ ਉਹ 4 ਜਣੇ ਇਹਦੇ ਦੁਆਲੇ ਹੋਏ ਹੋਏ ਸੀਗੇ ਫਿਰ ਉਹਨਾਂ ਨੇ ਦੇਖਿਆ ਕਿ ਮਤਲਬ ਅਸੀਂ ਜਦੋਂ ਉੱਠੀਆਂ ਵਾਂ ਫਿਰ ਉਹ ਸਾਡੇ ਵੱਲ ਆ ਗਏ ਆ ਤੇ 1 ਜਣੇ ਨੇ ਪਿਸਤੌਲ ਇਹਦੇ ਮੱਥੇ ਤੇ ਰੱਖ ਲਿਆ ਤੇ ਜਿਹੜੇ 3 ਜਣੇ ਸੀ ਉਹ ਸਾਡੇ ਵੱਲ ਆ ਗਏ ਫਿਰ ਆ ਕੇ ਮੈਨੂੰ ਕਹਿਣ ਲੱਗੇ ਕਹਿੰਦੇ ਤੂੰ ਜਿਹਦੇ ਸਿਰ ਤੇ ਆਕੜਦੀ ਆ ਨਾ ਜਿਹੜਾ ਤੇਰਾ ਪਿਓ ਆ ਜਿਹੜਾ ਤੇਰਾ ਭਰਾ ਸੀ ਉਹਨੂੰ ਮਾਰਾਂਗੇ ਨਹੀਂ ਤੇ ਸਾਰਾ ਕੁਝ ਕੱਢ ਦੇ ਜੋ ਵੀ ਹੈਗਾ 1 ਘੰਟਾ ਤਾਂ ਅਸੀਂ ਮਤਲਬ ਉਹਨਾਂ ਨਾਲ ਬਹਿਸ ਕਰਦੇ ਰਹੇ ਵੀ ਸਾਡੇ ਕੋਲ ਕੁਛ ਨਹੀਂ ਹੈਗਾ ਫਰੈਂਡ ਤੇ ਜਦੋਂ ਉਹਨਾਂ ਨੇ ਮੇਰੇ ਵੀ ਮਾਰੀਆਂ ਮੇਰੇ ਵੀਰੇ ਦੇ ਵੀ ਮਾਰੀਆਂ ਉਹ ਅੰਕਲ ਸੀ ਆਏ ਹੋਏ ਉਹਨਾਂ ਦੇ ਵੀ ਮਾਰੀਆਂ ਮੰਮੀ ਨੂੰ ਵੀ ਧੱਕਾ ਦਿੱਤਾ ਆ ਫਿਰ ਐਂਡ ਤੇ ਜਦੋਂ ਸਾਡੀ ਬੁਆ ਹੋ ਗਈ ਫਿਰ ਉਹ ਸਾਰਾ ਕੁਝ ਜੋ ਸੀ ਸਾਡੇ ਕੋਲ ਸੋਨਾ ਪੈਸੇ ਸਾਰਾ ਕੁਝ ਲੈ ਗਏ। ਕਿੰਨਾ ਕੁ ਨੁਕਸਾਨ ਹੋਇਆ? ਹਾਂਜੀ ਸਾਡਾ ਨੁਕਸਾਨ 10-11 ਲੱਖ ਦੇ ਵਿੱਚ ਵਿੱਚ ਹੋ ਗਿਆ ਆ। 10 ਤੋਲੇ ਸੋਨਾ ਸੀਗਾ, 4 ਲੱਖ ਕੈਸ਼ ਸੀਗਾ। ਮੇਰਾ ਬ੍ਰਦਰ ਆਇਆ ਸੀਗਾ ਤੇ ਉਹ ਦੇ ਕੇ ਗਿਆ ਸੀ, ਉਹ ਵੀ ਅਸੀਂ ਸੋਨਾ ਬਣਨਾ ਦਿੱਤਾ ਹੋਇਆ ਸੀ ਉਹਦੇ ਲਈ। ਧਮਕੀ ਕਹਿੰਦੇ ਕਹਿੰਦੇ ਤੂੰ ਅਸੀਂ ਜਾਂ ਤਾਂ ਸੋਨਾ ਜੋ ਵੀ ਤੁਹਾਡੇ ਕੋਲ ਸੋਨਾ ਕੈਸ਼ ਜੋ ਵੀ ਹੈਗਾ ਦੇ ਦਿਓ ਨਹੀਂ ਤਾਂ ਤੁਹਾਨੂੰ ਮਾਰ ਦਾਂਗੇ ਅਸੀਂ। ਉਹਨਾਂ ਨੇ ਮਾਰਿਆ ਵੀ ਆ ਸਾਡੇ, ਗੁੱਝੀਆਂ ਸੱਟਾਂ ਲਾਈਆਂ ਵਾ। ਮੂੰਹ ਮੈਂ ਬੰਨ ਗਿਆ ਕਿੱਦਾਂ? ਹਾਂਜੀ ਮੂੰਹ ਵੱਜੇ ਹੋਏ ਸੀਗੇ। ਕੋਈ ਪਛਾਣ ਤੁਹਾਡੇ ਕੋਈ ਇਹਨਾਂ ਦੀ? ਪਛਾਣ ਭਾਜੀ ਜੇ ਤਾਂ ਸਾਹਮਣੇ ਆ ਜਾਣ ਅਸੀਂ ਅੱਖਾਂ ਤੋਂ ਤਾਂ ਪਛਾਣ ਸਕਦੇ ਹਾਂ, ਪਰ ਉਹਨਾਂ ਦੇ ਮੂੰਹ ਇੱਥੋਂ ਤੱਕ ਕਵਰ ਕੀਤੇ ਹੋਏ ਸੀਗੇ ਤੇ ਇਦਾਂ ਨਹੀਂ ਵੀ ਐ ਨਹੀਂ ਪਤਾ ਵੀ ਉਹ ਕੌਣ ਸੀਗੇ। ਹੁਣ ਪੁਲਿਸ ਨੂੰ ਸੂਚਿਤ ਕੀਤਾ ਤੁਸੀਂ ਘਟਨਾ ਬਾਰੇ? ਹਾਂਜੀ ਕੀਤਾ ਹੈ। ਕੀ ਵਿਸ਼ਵਾਸ ਦਵਾਇਆ ਪੁਲਿਸ ਨੇ? ਕਹਿੰਦੇ ਆ ਕਿ ਕਾਰਵਾਈ ਬਣਦੀ ਕਾਰਵਾਈ ਕਰਾਂਗੇ, ਜਿਨ੍ਹਾਂ ਤੇ ਵੀ ਤੁਹਾਨੂੰ ਸ਼ੱਕ ਆ, ਜਿਨ੍ਹਾਂ ਤੇ ਸਾਨੂੰ ਸ਼ੱਕ ਆ ਸੀ ਦੱਸ ਦਿੱਤਾ ਆ। ਇਹ ਤਕਰੀਬਨ 11:30 ਵਜੇ ਘਟਨਾ ਹੋਈ ਹੈ। ਇਹ 4 ਜਣੇ ਸੀਗੇ, ਇੱਕ ਕੋਲ ਪਿਸਤੌਲ ਸੀਗਾ ਜੀ ਤੇ 2 ਕੁ ਦਾਤਰ ਸੀਗੇ, 1 ਕੋਲ ਟੋਕੀ ਸੀਗੀ। ਨੁਕਸਾਨ ਭਾਈ 10 ਲੱਖ ਦਾ ਹੋਇਆ ਜੀ। 6 ਲੱਖ ਦਾ ਮਤਲਬ ਕਿ ਸੋਨਾ ਸੀਗਾ ਜੀ, 4 ਲੱਖ ਕੈਸ਼ ਸੀਗਾ ਜੀ। ਭਾਜੀ ਸਰ ਇੱਦਾਂ ਵਾ ਮਤਲਬ ਕਿ ਇਸ ਅੰਦਰ ਪਹਿਲਾਂ ਮੈਨੂੰ ਨੱਪਿਆ ਇਹਨਾਂ ਨੇ। ਕਿੰਨੇ ਕੁ ਵਜੇ? 11:30 ਵਜੇ ਤੇ ਜਦੋਂ ਮੈਂ ਰੌਲਾ ਪਾਇਆ ਵਾ ਉਦੋਂ ਆਣ ਕੇ ਫਿਰ ਸਿਸਟਰ ਨੂੰ ਤੇ ਇਹਨਾਂ ਨੂੰ ਨੱਪ ਲਿਆ ਇਹਨਾਂ ਨੇ। ਉਹ ਤੋਂ ਬਾਅਦ ਇਹਨਾਂ ਨੇ ਫਿਰ ਕਹਿਤਾ ਵੀ ਜੋ ਜੋ ਹੈਗਾ ਉਹ ਕੱਢ ਦਿਓ ਵਿੱਚੋਂ, ਅੰਦਰੋਂ ਜੋ ਜੋ ਵੀ ਹੈਗਾ ਉਹ ਕੱਢ ਦਿਓ, ਕੈਸ਼ ਹੈਗਾ ਜਾਂ ਸੁਣਿਆ ਭੇਜੋ। ਸਾਨੂੰ ਰਾਤੀ ਕੋਈ 12:15 ਇੱਕ ਫੋਨ ਆਇਆ, ਟੈਲੀਫੋਨ ਆਇਆ ਵੀ ਇੱਦਾਂ ਇੱਦਾਂ ਕਰਕੇ ਇੱਕ ਡੇਰੇ ਖੇਤਾਂ ਦੇ ਵਿੱਚ ਡੇਰਾ ਵਾ ਤੇ ਉੱਥੇ ਕੋਈ ਅਨਨੋਨ ਬੰਦੇ 4 ਕੰਧ ਟੱਪ ਕੇ ਆ ਕੇ ਤੇ ਉਹਨਾਂ ਦੀ ਲੁੱਟ ਖੜ ਕੇ ਲੈ ਗਏ ਆ। ਜਦੋਂ ਅਸੀਂ ਮੌਕੇ 'ਤੇ ਗਏ ਅਸੀਂ ਦੇਖਿਆ ਸੀ ਇਹ ਮੈਂਬਰ ਚਾਰ ਮੈਂਬਰ ਸੀਗੇ, 2 1 ਭੈਣ ਭਰਾ ਸੀ, 1 ਉਹਨਾਂ ਦੀ ਮਦਰ ਸੀ, 1 ਇਹਨਾਂ ਦਾ ਰਿਸ਼ਤੇਦਾਰ ਆਇਆ ਸੀ ਹਰਿਆਣੇ ਤੋਂ ਹੀ। ਉਹਨਾਂ ਦੇ ਦੱਸਣ ਮੁਤਾਬਕ ਉਹ ਕਹਿੰਦੇ ਸੀ ਵੀ ਇੱਕ ਮੁੰਡੇ ਸਾਡੇ ਨੂੰ ਕਮਰੇ 'ਚ ਇੱਕ ਲੱਗ ਸੁੱਤਾ ਸੀ, ਅਸੀਂ 3 ਜਣੇ ਲੱਗ ਸੁੱਤੇ। ਜਦੋਂ ਇਹ ਹਮਲਾਵਰ ਆਏ ਕੰਧਾਂ ਟੱਪ ਕੇ, ਇਹਨਾਂ ਆਉਂਦਿਆਂ ਸਾਰ ਹੀ ਕਹਿੰਦੇ ਜੀ ਮੁੰਡੇ ਨੂੰ ਨੱਪ ਲਿਆ ਜੀ। ਮੁੰਡਾ ਜੀ ਮੁੰਡਾ ਚੀਕਾਂ ਚੁੱਕਾਂ ਮਾਰਨ ਲੱਗਿਆ, ਫਿਰ ਦੂਜੇ ਕਮਰੇ 'ਚ ਉਹਨਾਂ ਨੇ ਆਵਾਜ਼ ਸੁਣੀ ਇਹ ਉੱਠ ਕੇ ਆਏ, ਫਿਰ ਇਹਨਾਂ ਨੂੰ ਇੱਕ ਕਮਰੇ 'ਚ ਉਹਨਾਂ ਨੇ ਬੰਦ ਕਰਤਾ। ਉਹਨਾਂ ਨੂੰ ਕਹਿੰਦੇ ਸੀ ਪੈਸੇ ਦਿਓ ਆਪਣੇ ਜੋ ਜੋ ਹੈਗਾ ਕੱਢ ਦਿਓ। ਇਹ ਕਾਫੀ ਪਰਿਵਾਰ ਵਿਚਾਰਾ ਕਾਫੀ ਦੇਰ ਤੱਕ ਇਹਨਾਂ ਨਾਲ ਸ਼ਕਲ ਕਰਦਾ ਰਿਹਾ, ਪਰ ਫਿਰ ਵੀ ਉਹਨਾਂ ਦੇ ਕੋਲ ਵੈਪਨ ਸੀ ਨਾਲੇ ਹਥਿਆਰ ਸੀ, ਡਰ ਤੇ ਮਾਰਿਆ ਨੇ ਇਹਨਾਂ ਨੇ ਇਹਨਾਂ ਨੂੰ ਆਪਣੇ ਅਲਮਾਰੀ ਦੀਆਂ ਚਾਬੀਆਂ ਦੇ ਦਿੱਤੀਆਂ। ਚਾਬੀਆਂ ਦੇਣ ਤੋਂ ਬਾਅਦ ਫਿਰ ਉਹਨਾਂ ਨੇ ਇਹਨਾਂ ਨੂੰ ਸਮਾਨ ਸਮੂਨ ਆਪਣਾ ਕੋਈ ਕਰੀਬ 4 ਕੁ ਲੱਖ ਅਤੇ 10 ਤੋਲੇ ਤੋਣਾ ਦੱਸਦੇ ਆ, ਅਤੇ ਉਹ ਜਦੋਂ ਲੈ ਕੇ ਤਾਂ ਜਾਂਦੇ ਹੋਏ ਇਹਨਾਂ ਨੂੰ ਆਪਣੇ ਇੱਕ ਰੂਮ 'ਚ ਬੰਦ ਕਰ ਗਏ। ਇਹਨਾਂ ਨੇ ਕਾਫੀ ਜਦੋ ਜਦ ਕਰਕੇ ਆਪਣਾ ਧੱਕਾ ਧੁੱਕਾ ਮਾਰ ਕੇ ਉਹ ਕਮਰੇ 'ਚ, ਇਹਨਾਂ ਦੇ ਮੋਬਾਇਲ ਵੀ ਉਹਨਾਂ ਨੇ ਆਉਂਦਿਆਂ ਸਾਰ ਚੱਕ ਲਏ ਸੀ, ਜਿਹੜੇ ਉਹ ਮੋਬਾਇਲ ਜਾਂਦੇ ਹੋਏ ਕੋਠੇ ਦੇ ਉੱਪਰ ਸੁੱਟ ਗਏ। ਇਹਨਾਂ ਨੇ 20-25 ਮਿੰਟ ਬਾਅਦ ਜਦੋਂ ਦਰਵਾਜ਼ਾ ਖੋਲ੍ਹਿਆ ਫਿਰ ਇਹਨਾਂ ਨੇ ਆਪਣੇ ਮੋਬਾਇਲ ਮੂਲ ਚੈੱਕ ਕੀਤੇ, ਫਿਰ ਸਾਨੂੰ ਇਨਫੋਰਮ ਕੀਤਾ। ਫਿਰ ਅਸੀਂ ਇਹਦੇ ਅਗੇਂਸਟ ਇਹਨਾਂ ਦੇ ਅਨਨੋਨ ਪਰਸਨ 'ਤੇ FIR ਰਜਿਸਟਰ ਕਰਤੀ ਹੈ। ਅਗਲੀ ਜਿੱਦਾਂ ਤਫਤੀਸ਼ ਸਾਡੀ ਜਾਰੀ ਹੈ, ਜੋ ਵੀ ਆਏਗਾ ਉਹਨੂੰ ਛੇਤੀ ਅਸੀਂ